ਸਤ ਸਾਨ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਇਹ ਗੱਲ ਕਰਾਂਗੇ ਕਿ ਕਿਹੜੀ ਵੈਰਾਈਟੀਆਂ ਬੱਲੀਆਂ ਬਿਲਕੁਲ ਸਾਫ਼ ਹਨ ਚਮਕਦੇ ਦਾਣੇ ਹਨ ਤੇ ਸਪਰੇ ਕੋਈ ਨਹੀਂ ਕੀਤੀ ਸੋ ਜਿਨ੍ਹਾਂ ਕਿਸਾਨ ਭਰਾਵਾਂ ਨੇ ਜਾਂ ਮੇਰੇ ਵੀਡੀਓ ਦੇਖ ਰਹੇ ਨੇ ਜਾਂ ਬਿਨਾ ਸਬਸਕ੍ਰਾਈਬ ਤੋਂ ਵੀਡੀਓ ਦੇਖ ਰਹੇ ਹਨ ਕਿਸਾਨ ਵੀਰ ਹੱਥ ਵਨ ਕੇ ਅਪੀਲ ਆ ਕੀ ਲਾਲ ਰੰਗ ਦਾ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਸੋ ਕਿਸਾਨ ਦੋਸਤੋ ਜਿਵੇਂ ਹੀ ਤੁਸੀਂ ਇਹ ਦੇਖ ਰਹੇ ਹੋ ਚਮਕਦੀਆਂ ਬੱਲੀਆਂ ਜੇਕਰ ਤੁਸੀਂ ਦਾਣੇ ਵੀ ਦੇਖੋ ਦਾਣੇ ਵੀ ਇਹਨ ਪੂਰੇ ਚਮਕਦਾਰ ਹਨ ਬੱਲੀਆਂ ਬਿਲਕੁਲ ਸਾਫ਼ ਹਨ ਜਿਵੇਂ ਕੋਈ ਇੱਕ ਬਿਮਾਰੀ ਵੀ ਨਹੀਂ ਲੱਗ ਗਈ ਹੁੰਦੀ ਤੁਸੀਂ ਦੇਖ ਸਕਦੇ ਹੋ ਇਹ ਵੈਰਾਈਟੀ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਕਿਹੜੀ ਵੈਰਾਈਟੀ ਆ ਸੋ ਇਸ ਦੇ ਉੱਪਰ ਪਹਿਲਾਂ ਆਪਾਂ ਤੁਹਾਨੂੰ ਦੱਸੂਗਾ ਵੀ ਕਿਹੜੀ ਸਪਰੇਅ ਕੀਤੀ ਤੇ ਕਿਹੜੀ ਨਹੀਂ ਕੀਤੀ ਕਿਸਾਨ ਦੋਸਤੋ ਇਸ ਵੈਰਾਈਟੀ ਦੇ ਉੱਪਰ ਆਪਾਂ ਨਾ ਹੀ ਤੇਲੇ ਦੀ ਸਪਰੇਅ ਕੀਤੀ ਨਾ ਹੀ ਉਲੀ ਦੀ ਸਪਰੇਅ ਕੀਤੀ ਤੇ ਨਾ ਹੀ ਕੋਈ ਗਰੋਥ ਵਾਲੀ ਜਾਂ ਟੇਲਟ ਵਾਲੀ ਕੋਈ ਸਪਰੇ ਨਹੀਂ ਕੀਤੀ ਇਹ ਵੈਰਾਈਟੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਕੈਮਰਾ ਮਾਰਾਂ ਬੱਲੀਆਂ ਸਾਫ ਦਾਣੇ ਲਿਸ਼ਕਦੇ ਹਨ ਚਮਕਦੇ ਹਨ ਦੂਰ ਤੱਕ ਵੀ ਤੁਸੀਂ ਦੇਖ ਸਕਦੇ ਹੋ ਇਹ ਵੈਰਾਈਟੀ ਦੇ ਉੱਪਰ ਆਪਾਂ ਸਿਰਫ ਕੱਖਾਂ ਵਾਲੀ ਸਪਰੇ ਇੱਕ ਇੱਕ ਕੀਤੀ ਸੀ ਸਿਰਫ ਨਾਰਮਲ ਸਪਰੇ ਐਕਸੀਐਲ ਦੀ ਕੀਤੀ ਸੀ ਉਸ ਤੋਂ ਬਿਨਾ ਕੋਈ ਸਪਰੇ ਨਹੀਂ ਕੀਤੀ ਜਾਂ ਅੱਜ ਕੱਲ ਬਹੁਤ ਰਵਾਜ ਪਿਆ ਆ ਕਿ ਟੈਲਰ ਦੀ ਆਪਾਂ ਸਪਰੇਅ ਕਰ ਦਈਏ ਦਾਣੇ ਚਮਕਣਗੇ ਜਾਂ ਫੇ ਆਪਾਂ ਕਹਿ ਦਿੰਨੇ ਆਂ ਵੀ ਤੇਲੇ ਦੀ ਕਰ ਦਈਏ ਮਤਲਬ ਕੁਆਲਿਟੀ ਵਧੀਆ ਰਹੂਗੀ ਜਾਂ ਉਲੀ ਤੋਂ ਕਰ ਦਈਏ ਕਿ ਦਾਣੇ ਕਣਕ ਕਾਲੀ ਨਾ ਪਊਗੀ ਤੁਸੀਂ ਦੇਖ ਸਕਦੇ ਹੋ ਕਿਸੇ ਪਾਸਿਓਂ ਵੀ ਕੋਈ ਕਾਲੀ ਨਹੀਂ ਕਣਕ ਪਈ ਸਿਰਫ ਆਪਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਥੋੜਾ ਜਿਹਾ ਕੇਅਰ ਕਰਨੀ ਹੁੰਦੀ ਆ ਫਸਲ ਦੀ ਆਪਣੇ ਦੀ ਤੇ ਜਦੋਂ ਆਪਾਂ ਪਾਣੀ ਲਗਾਉਨੇ ਆ ਪਾਣੀ ਵੀ ਕਿਸਾਨ ਦੋਸਤੋ ਸਾਨੂੰ ਜਿੰਮੇ ਮੈਂ ਦੱਸਿਆ ਆ ਕਿ ਸਿਰਫ ਨਮੀ ਦੀ ਕਣਕ ਨੂੰ ਲੋਡ ਹੁੰਦੀ ਆ ਪਾਣੀ ਵੀ ਆਪਾਂ ਬਹੁਤ ਹਲਕਾ ਹਲਕਾ ਲਾਉਣਾ ਹੁੰਦਾ ਭਾਵੇਂ ਇੱਕ ਇੱਕ ਪਾਣੀ ਲੱਗੇ ਭਾਵੇਂ ਦੋ ਲੱਗੇ ਤਿੰਨ ਲੱਗਣ ਹਲਕਾ ਪਾਣੀ ਜਿਵੇਂ ਆਪਾਂ ਕਰਦੇ ਹਾਂ ਕਿ ਇੱਕ ਖੇਤ ਭਰ ਕੇ ਦੂਸਰੇ ਚ ਕੱਢ ਦੋ ਬਹੁਤ ਵਧੀਆ ਵਿਧੀ ਆ ਇਹ ਸੋ ਉਸ ਦਾ ਘਰ ਨਹੀਂ ਆ ਕਿ ਆਪਣੀ ਕਣਕ ਨਿਕਾਲੀ ਪਈ ਜੇ ਤੁਸੀਂ ਆਮ ਦੇਖ ਸਕਦੇ ਹੋ ਵੈਰਾਈਟੀਆਂ ਬਹੁਤ ਕਾਲੀਆਂ ਪਈਆਂ ਨੇ ਜਿਹੜੇ ਮੈਂ ਜੀ ਤੁਸੀਂ ਸਿੱਟੇ ਤੇ ਜਾਂ ਬੱਲੀ ਤੇ ਨਿਗਾਹ ਮਾਰ ਲਓ ਬਿਲਕੁਲ ਸਾਫ਼ ਹੀ ਪਈਆਂ ਹਨ ਸੋ ਇਹ ਇਹਦਾ ਆਪਣਾ ਇਹੀ ਰਾਜ਼ ਰਿਹਾ ਆਪਾਂ ਪਾਣੀ ਵੀ ਦੇਖ ਕੇ ਲਾਇਆ ਕਿ ਜੋ ਵੀ ਆਪਾਂ ਇਹਨੂੰ ਪਾਉਨੇ ਆ ਆਪਾਂ ਖਾਦ ਵਗੈਰਾ ਉਹ ਵੀ ਬਹੁਤ ਸਹੀ ਢੰਗ ਨਾਲ ਪਾਈ ਆ ਇਹ ਨਹੀਂ ਕਿ ਫालतू ਪਾਈ ਆ ਜਾਂ ਮਾਰਕੀਟ ਤੇ ਮਾਰਕੀਟ ਤੋਂ ਲਿਆ ਕੇ ਫालतू ਪ੍ਰੋਡਕਟ ਪਾਤੇ ਗਰੋਥ ਪ੍ਰਮੋਟਰ ਪਾਤੇ ਗਰੋਥ ਕਰਨ ਲਈ ਕੁਝ ਨਹੀਂ ਪਾਇਆ ਨਾ ਉੱਲੀ ਨਾ ਤੇਲਾ ਨਾ ਟ੍ਰੈਲਰਟ ਕੋਈ ਸਪਰੇ ਨਹੀਂ ਕੀਤੀ ਸੋ ਉਸ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੈ ਤੁਸੀਂ ਜੇ ਸਾਰਾ ਖਸਾਕਤਾ ਉਲਾਓ ਤੇ ਦੇਖ ਲਓ ਵੀ ਆ ਜਿੱਕਰ ਮੈਂ ਗੱਲ ਕਰਾਂ ਵੀ ਕਿੰਨੀਆਂ ਸਪਰੇਇਆਂ ਹੁੰਨੀਆਂ ਉਸ ਦਾ ਖਰਚਾ ਵੀ ਬਚਿਆ ਕੋਈ ਗ੍ਰੋਥ ਪ੍ਰੋਮੋਟਰ ਨਹੀਂ ਪਾਇਆ ਉਸ ਦਾ ਖਰਚਾ ਵੀ ਬਚਿਆ ਪਾਣੀ ਦੀ ਸਰਫ ਜਾਂ ਪਾਣੀ ਆਪਾਂ ਬਹੁਤ ਮੰਦੇ ਨਜ਼ਰ ਰੱਖ ਕੇ ਲਗਾਉਣਾ ਪੈਂਦਾ ਕਣਕ ਦੀ ਫਸਲ ਨੂੰ ਕੋਈ ਕਿਸਾਨ ਵੀਰ ਕੀ ਕਰਦੇ ਆ ਜਿਵੇਂ ਆਪਾਂ ਝੋਨੇ ਨੂੰ ਪਾਣੀ ਛੱਡੀ ਤਾਂ ਮੋਟਰਾਂ ਦੀਆਂ ਹੌਸਪਾਵਰ ਸਾਰਿਆਂ ਦੇ ਅੱਜ ਕੱਲ ਆਪਾਂ ਗੱਲ ਕਰੀਏ 10 ਤੋਂ ਘੱਟ ਹੈ ਨਹੀਂ ਕਿਸੇ ਦੇ ਵੀ ਮੋਸਟਲੀ ਜਾਂ ਜਲੰਧਰ ਦੀ ਗੱਲ ਕਰਾਂ ਜਲੰਧਰ ਏਰੀਆ ਦੇ ਵਿੱਚ ਵੀ 12.5 15 17 ਤੱਕ ਹੌਸਪਾਵਰ ਚੱਲਦੇ ਆ ਸੋ ਆਪਾਂ ਆਟੋਮੈਟਿਕ ਲਾ ਕੇ ਘਰ ਚਲਾ ਜਾਨੇ ਆ ਤੇ ਦੂਸਰੇ ਜਨੇ ਖੇਤ ਉੱਪਰ ਤੱਕ ਭਰਿਆ ਹੁੰਦਾ ਫੇ ਆਪਾਂ ਇੰਨੀ ਵੀ ਨਹੀਂ ਕੋਸ਼ਿਸ਼ ਕਰਦੇ ਵੀ ਇੱਕ ਖੇਤ ਚੋਂ ਦੂਸਰੇ ਖੇਤ ਚ ਪਾਣੀ ਕੱਢ ਦਈਏ ਕਹਿੰਦੇ ਵੀ ਖੇਤ ਪੀ ਦਊਗਾ ਕੋ ਝੋਨੇ ਵਾਲੇ ਕਿਸਾਨ ਵੀ ਰੋ ਖੇਤ ਆਪਾਂ ਕਈਆਂ ਕਈਆਂ ਸਾਲਾਂ ਤੋਂ ਝੋਨਾ ਲਗਾ ਰਹੇ ਆ ਤਾਂ ਖੇਤ ਤਾਂ ਪਾਣੀ ਉਦਾਂ ਨਹੀਂ ਪੀਂਦੇ ਹੈਗੇ ਸੋ ਇੱਕ ਜ਼ੂਰੀ ਹੁੰਦਾ ਕਿ ਤੁਸੀਂ ਜੇਕਰ ਤੁਹਾਡੇ ਖੇਤ ਘੱਟ ਪਾਣੀ ਪੀਂਦੇ ਆ ਉਸ ਵਿੱਚ ਇੱਕ ਇੱਕ ਗੋਲ ਸ਼ੇਪ ਦਾ ਖਾਲ ਹੁੰਦਾ ਜੋ ਜਿਸ ਨੂੰ ਆਪਾਂ ਡੂੰਗਾ ਕਰਕੇ ਵਿੱਚ ਫੇਰਦੇ ਆ ਤਾਂ ਉਸ ਨਾਲ ਥੋੜਾ ਖੇਤ ਕਿੜਾ ਆਪਣਾ ਪਾਣੀ ਪੀਂਦਾ ਮੈਂ ਹਰ ਸਾਲ ਫੇਰਦਾ ਪਰ ਫੇਰਨਾ ਵੀ ਉਹ ਬਹੁਤ ਔਕਾਤ ਵਿੱਚ ਰਹਿ ਕੇ ਫੇਰਨਾ ਪੈਂਦਾ ਇਹ ਨਹੀਂ ਕਿ ਜ਼ਿਆਦਾ ਕਮਾ ਲਓ ਖੇਤ ਝੋਨੇ ਤੇ ਜਾ ਕੇ ਪ੍ਰੋਬਲਮ ਪੈਂਦੀ ਪਾਣੀ ਦੀ ਨਹੀਂ ਪਾਣੀ ਖੜਦਾ ਸੋ ਉਹਦਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਖੇਤ ਨਹੀਂ ਪਾਣੀ ਪੀਂਦੇ ਜੇ ਤੁਹਾਡੇ ਖੇਤ ਪਾਣੀ ਪੀਂਦੇ ਫਿਰ ਨਹੀਂ ਕੋਈ ਪ੍ਰੋਬਲਮ ਸੋ ਇਹ ਆਪਣੀ ਵੈਰੈਟੀ ਹੈਗੀ ਆ ਐਚ ਡੀ 29 ਸਟਾਰਟ ਬਿਲਕੁਲ ਵਧੀਆ ਵੈਰੈਟੀ ਹੈ ਜਿੰਨੀਆਂ ਵੀ ਵੈਰੈਟੀਆਂ ਬਿਜ਼ੀ ਆ ਉਹਨਾਂ ਨੂੰ ਸਭ ਤੋਂ ਕੁਆਲਿਟੀ ਦਾਣਿਆਂ ਦੀ ਕਹਿ ਲਈਏ ਜਾਂ ਬੱਲੀਆਂ ਬਿਲਕੁਲ ਵਧੀਆ ਹਨ ਕੁਆਲਿਟੀ ਵਾਈਜ਼ ਬਹੁਤ ਵਧੀਆ ਆ ਝਾੜ ਦੀ ਵੀ ਅਨੁਮਾਨ ਵਧੀਆ ਆ ਇਸ ਵਾਰ ਝਾੜੇ ਦੇ ਵਧੀਆ ਆਉਣਗੇ ਕਿਉਂਕਿ ਦਾਣੇ ਪ੍ਰੋਪਰ ਬਣੇ ਆ ਵੇਟ ਪੂਰਾ ਦਾਣਿਆਂ ਦਾ ਬਣਿਆ ਆ ਤਾਂ ਝਾੜਾ ਪੇ ਵਧੇਗਾ ਸੋ ਅੱਜ ਦੀ ਵੀਡੀਓ ਵਿੱਚ ਕਿਸਾਨ ਦੋਸਤੋ ਉਹੀ ਗੱਲ ਕਰਨੀ ਸੀ ਤੁਹਾਡਾ ਮੇਰਾ YouTube ਚੈਨਲ ਲੇਟਸ ਐਗਰੀਕਲਚਰ ਇਨਫੋ ਨੂੰ ਸਬਸਕ੍ਰਾਈਬ ਕਰੋ Facebook ਤੇ WhatsApp ਗਰੁੱਪਾਂ ਦੇ ਸ਼ੇਅਰ ਕਰਨਾ ਨਾ ਭੁੱਲਣਾ ਇੰਨੀ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵਾਂਗਾ